हेलो भाई, मैं बल्ली बोल रहा। भाई बाज दा पुलिस ने एनकाउंटर करता। ਸ਼ਹਿਰ ਆ ਜਾ, ਬਾਕੀ ਤੈਨੂੰ ਮਿਲ ਕੇ ਦੱਸਦਾ ਸਾਰਾ ਕੁਝ। ਚੱਲ ਮੈਂ ਆ ਰਿਹਾ ਤੇਰੇ ਕੋਲ। ਬੱਲੀ ਮੈਂ ਆ ਗਿਆ। ਹਾਂਜੀ ਬਾਈ ਆ ਗਿਆ। ਹਾਂ ਮੈਂ ਇੱਥੇ ਹਾਂ। ਸੱਚੀ ਬਾਈ ਐਵੇਂ ਲੱਗ ਰਿਹਾ ਜਿਵੇਂ ਬਾਜ਼ ਨੂੰ ਗੱਲ ਆਇਆ ਹੋਵੇ। ਸਮਝ ਲਾ ਬਾਜ਼ ਆ ਗਿਆ। Thank you.
ਬਾਈ ਜੀ ਦੋ ਕੱਪ ਚਾਹ। ਕੀ ਹਾਲ ਆ ਭਾਊ, ਕਿਆ ਬਾਤ ਹੈ। ਚਾਹ ਲੈ ਲਓ ਬਾਈ। ਬੱਲੀ, ਬਾਜ ਨਾਲ ਹੋਇਆ ਕੀ ਸੀ? ਬਾਜ ਇੱਕ ਕੀਰਤਨ ਆਦਿ ਕੁੜੀ ਨੂੰ ਪਿਆਰ ਕਰਦਾ ਸੀ। ਬਾਜ, ਬਾਜ ਕੀ ਆਪਣੇ ਪਿਆਰ ਨੂੰ ਕਰਦੇ ਸਮਝਣਗੇ? ਉਹ ਆਪਾਂ ਕਿਹੜਾ ਪੁੱਛਣਾ, ਆਪਾਂ ਤਾਂ ਦੱਸਣ ਆਪੇ ਮੈਨੂੰ ਕਿ ਤੇਰੀ ਨੂੰਹ ਲੱਭ ਲਈ ਹੈ। ਪਰ ਮੇਰੇ ਪਾਪਾ ਨੇ ਨਹੀਂ ਮੰਨਣਾ। ਉਹ ਕੋਈ ਨਾ, ਮਨਾ ਲਾਂਗੇ ਫਿਰ। ਬਾਜ ਤੂੰ ਮੇਰੀ ਹਰ ਗੱਲ ਨੂੰ ਮਜ਼ਾਕ 'ਚ ਲੈ ਜਾਂਦਾ ਹੈ। ਬਾਜ ਦੇਖ ਲਾ ਕਿਤੇ ਉਨੀ ਇੱਕੀ ਨਾ ਹੋ ਜਾਏ। ਉਹ ਤੂੰ ਘਬਰਾਇਆ ਨਾ ਕਰ, ਦੇਖਦੇ ਹਾਂ ਕੀ ਬਣਦਾ। ਬਾਜ ਮੈਂ ਘਬਰਾਉਂਦੀ ਨਹੀਂ, ਮੈਂ ਡਰਦੀ ਹਾਂ ਆਪਣੇ ਵਿਛੜਨ ਤੋਂ। ਦੇਖ ਕੇ ਮੇਰੇ ਜਿਉਂਦੇ ਜੀ ਤਾਂ ਤੈਨੂੰ ਕੋਈ ਖੋ ਨਹੀਂ ਸਕਦਾ, ਆਖਰ ਮੈਂ ਵੀ MLA ਦਾ ਜਵਾਈ ਹਾਂ। MLA ਦੇ ਜਵਾਈ ਸਾਹਿਬ, ਜੇ ਆਪ ਜੀ ਦਾ ਹੋ ਗਿਆ ਹੋਵੇ ਆਪਾਂ ਚੱਲੀਏ। ਚੱਲਦੇ ਹਾਂ ਯਾਰ ਬੱਲੀ। ਕੁੜੀ ਦਾ ਪਿਓ MLA ਆ, ਉਹਨੂੰ ਇਹਨਾਂ ਬਾਰੇ ਪਤਾ ਲੱਗ ਗਿਆ ਸੀ। MLA ਨੇ SHO ਨੂੰ ਪੈਸੇ ਦਾ ਲਾਲਚ ਦੇ ਕੇ ਬਾਜ ਬਾਈ ਦਾ ਇਨਕਾਊਂਟਰ ਕਰਵਾਤਾ। SHO ਇੰਨਾ ਲਾਲਚੀ ਕਿ ਪੈਸੇ ਪਿੱਛੇ ਤਾਂ ਕੁਛ ਵੀ ਕਰ ਸਕਦਾ। ਪਰ ਬਾਈ, ਆਪਣਾ ਬਾਜ ਮਰਦਾ ਨਹੀਂ ਸੀ ਜੇ ਸਾਲਾ ਸ਼ੇਰਾ ਗਦਾਰੀ ਨਾ ਕਰਦਾ। ਇਹ ਸ਼ੇਰਾ ਕੌਣ ਹੈ? ਸ਼ੇਰਾ ਬਾਈ ਲੰਡੂ ਜਾ ਗੁੰਡਾ, ਸ਼ਹਿਰ ਤੇ ਰਾਜ ਕਰਨ ਨੂੰ ਫਿਰਦਾ। ਪਰ ਆਪਣੇ ਬਾਜ ਬਾਈ ਦੇ ਹੁੰਦੇ ਐਵੇਂ ਕਿਵੇਂ ਹੋ ਜਾਂਦਾ? ਸਿਰੇ ਨੇ SHO ਤੇ MLA ਇਹਨਾਂ ਦੋਨਾਂ ਨਾਲ ਮਿਲ ਕੇ ਬਾਜ ਦਾ ਕਤਲ ਕੀਤਾ, ਜਿਹਨੂੰ ਸਾਲੇ ਹੀ ਇਨਕਾਊਂਟਰ ਕਹਿੰਦੇ ਆ। ਸ਼ੇਰੇ ਤੂੰ
ਬਾਈ ਇਹੀ ਆ ਸ਼ੇਰਾ। ਬਾਈ ਅਜੇ ਨਹੀਂ, ਇੱਥੇ ਮਿਲੂ, ਆਪਾਂ ਘਰ ਚੱਲਦੇ ਹਾਂ। ਬੇਬੇ ਇਹ ਆ ਸੁੱਚਾ, ਬਾਜ ਦਾ ਭਰਾ। ਸਤਿ ਸ਼੍ਰੀ ਅਕਾਲ ਪੁੱਤ, ਬਾਜ ਨਾਲ ਬਹੁਤ ਮਾੜਾ ਹੋਇਆ ਪੁੱਤ। ਮੈਂ ਤਾਂ ਬੱਲੀ ਅਤੇ ਬਾਜ ਵਿੱਚ ਕਦੇ ਫਰਕ ਨਹੀਂ ਸੀ ਸਮਝਿਆ। ਬਾਜ ਤਾਂ ਮੈਨੂੰ ਵੱਧ ਕੇ ਸੀ, ਉਹਨੂੰ ਕੀ ਪਤਾ ਸੀ ਕਿ ਉਹਦੇ ਨਾਲ ਇੱਦਾਂ ਹੋ ਜਾਣਾ। ਤੁਸੀਂ ਚਿੰਤਾ ਨਾ ਕਰੋ, ਬਾਜ ਦੇ ਕਾਤਲਾਂ ਨੂੰ ਸਜ਼ਾ ਜ਼ਰੂਰ ਮਿਲੂਗੀ, ਬਸ ਤੁਸੀਂ ਹੌਸਲਾ ਰੱਖੋ। ਬੇਬੇ ਤੈਨੂੰ ਕਿੰਨੀ ਵਾਰ ਕਿਹਾ, ਐਵੇਂ ਨਾ ਮਨ ਹੌਲਾ ਕਰਿਆ ਕਰ, ਸੁੱਚਾ ਵੀ ਤਾਂ ਤੇਰਾ ਪੁੱਤ ਹੀ ਆ। ਚੰਗਾ ਪੁੱਤ, ਤੁਸੀਂ ਥੱਕ ਗਏ ਹੋਵੋਗੇ, ਜਾਓ ਆਰਾਮ ਕਰ ਲਓ, ਮੈਂ ਰੋਟੀ ਟੁੱਕ ਕਰੋ ਕਰ ਲਓ। ਬਾਜ ਆ ਗਿਆ ਸਮਝ। ਪਰ ਬਾਈ ਹੁਣ ਅੱਗੇ ਕਰਨਾ ਕੀ ਆ? ਜੋ ਬਾਜ ਨਾਲ ਹੋਇਆ ਸੀ ਇਹਦੇ ਲਈ ਤਾਂ ਫਿਰ ਇੱਕ ਹੀ ਬੰਦਾ ਜਿਹੜਾ ਸ਼ੇਰੇ ਖਿਲਾਫ ਜਾ ਸਕਦਾ। ਚੱਲ ਫਿਰ ਉੱਥੇ ਚੱਲਦੇ ਹਾਂ, ਪਰ ਆਪਣਾ ਇਹ ਕੰਮ ਕਰੂ ਕੌਣ? ਚਾਚਾ, ਇਹ ਕੰਮ ਸਿਰਫ ਚਾਚਾ ਹੀ ਕਰ ਸਕਦਾ। ਇਹ ਚਾਚਾ ਕੌਣ ਹੈ? ਚੱਲ ਸਵੇਰੇ ਮਿਲਾਉਣਾ ਤੈਨੂੰ।
ਬੱਲੀ, ਮੈਨੂੰ ਲੱਗਦਾ ਆਪਾਂ ਕੋਈ ਕੰਮ ਚੱਲੇ ਸੀ। ਆ ਕੀ ਤੂੰ ਦਾਣ ਜਾ ਕਰਨ ਲੱਗ ਪਿਆ? ਆਪਾਂ ਸਮਾਨ ਨਹੀਂ ਲੈਣਾ ਇਸ ਬਾਈ, ਤੂੰ ਕੀ ਆ ਦਾਨ ਪੁੰਨ ਦੇ ਚੱਕਰਾਂ ਜਿਹੇ 'ਚ ਪਈ ਜਾਂਦਾ। ਤੂੰ ਦੇਖੀ ਚੱਲ ਬੱਲੀ, ਬਣਦਾ ਕੀ ਆ। ਖੜ ਜਾ ਮਾਮਾ, ਐਨਕ ਤਾਂ ਲਾ ਲਾਂ। ਬਾਈ ਦੱਸ ਤਾ ਦੇ ਯਾਰ ਕੀ ਹੋ ਰਿਹਾ, ਮੈਨੂੰ ਡਰ ਲੱਗੀ ਜਾਂਦਾ। ਤੂੰ ਟੈਨਸ਼ਨ ਨਾ ਲੈ, ਚਾਚਾ ਜੀ ਇਹ ਸੁੱਚਾ ਆਪਣੇ ਬਾਜ਼ ਦਾ ਭਰਾ। ਹਾਂ ਵੀ ਬਾਜ਼, ਕਿੱਦਾਂ? ਠੀਕ ਆ ਚਾਚਾ। ਆ ਕਬੂਤਰ ਕੌਣ ਹੈ? ਇਹ ਆਪਣਾ ਛੋਟਾ ਭਰਾ ਬੱਲੀ ਹੈ ਚਾਚਾ। ਹਾਂ ਵੀ ਕਬੂਤਰਾ, ਤੇਰੇ ਫੰਗ ਜ਼ਿਆਦਾ ਨਹੀਂ ਖੁੱਲਦੇ? ਨਹੀਂ ਚਾਚਾ ਜੀ, ਏਦਾਂ ਦੀ ਤਾਂ ਕੋਈ ਗੱਲ ਨਹੀਂ। ਹਾਹਾਹਾਹਾ
ਕੀ ਚਾਹੀਦਾ? ਚਾਚਾ ਰਾਸ਼ਨ ਚਾਹੀਦਾ, ਰੋਟੀ ਕਰਨੀ ਹੈ। ਪਾਰਟੀ ਕਦੋਂ ਕਰਨੀ ਹੈ? ਤੜਕੇ ਨਿਊਜ਼ ਦੇਖ ਲਈ। ਚਾਚਾ ਨਹੀਂ, ਇਹ ਤਾਂ ਸਾਰਿਆਂ ਦਾ ਪਿਓ ਆ, ਸਾਰਾ ਸ਼ਹਿਰ ਕੁੱਕਣ ਨੂੰ ਫਿਰਦਾ। ਓ ਤੇਰੀ, ਜਾਣਦਾ ਨੀ ਮੈਨੂੰ, ਕੌਣ ਆ ਮੈਂ? ਜੇ ਜਾਣਦਾ ਤਾਂਹੀਓ ਪੰਗਾ ਲਿਆ। ਚੱਲ ਜ਼ੁਲਫਾਂ, ਚੱਲ 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 ਬਲੀ, ਚੱਲ ਜਲਦੀ ਜਲਦੀ ਇਹਨਾਂ ਦੇ ਮਗਰ ਚੱਲ 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 ਚੱਲ
ਬਾਈ ਛੱਡ ਦੇ, ਬਾਈ ਬਾਈ ਮੈਨੂੰ ਛੱਡ ਦੇ। ਕੀ ਕਿਹਾ ਸੀ ਤੈਨੂੰ ਵੀ ਭਾਜਾ? ਅੱਜ ਪੈਣੇ ਝੂਠੇ ਪਰਚੇ ਵੈਰੀ ਦਾ ਸਿਆਪਾ ਹੋ ਜੂਗਾ, ਅੱਜ ਸਿਖਰ ਦੁਪਹਿਰੇ ਘੁੰਮਦੇ ਯਾਰ ਕੋਈ ਵਾਕਾ ਹੋ ਜੂਗਾ, ਅੱਜ ਸਿਖਰ ਦੁਪਹਿਰੇ ਘੁੰਮਦੇ ਯਾਰ ਕੋਈ ਵਾਕਾ ਹੋ ਜੂਗਾ। ਇਹੋ ਹੁਕਮ ਹੋਇਆ ਸਾਨੂੰ ਪਿੱਛ ਪਿੱਛੇ ਕਰਨ ਕਲੋਲਾ ਵੈਰੀ ਕਰਦੇ ਨਹੀਂ ਸਾਨੂੰ, ਸੰਤੂਆ ਦਾ ਕੰਡਾ ਕੱਢਣਾ ਇਹੋ ਹੁਕਮ ਹੋਇਆ ਸਾਨੂੰ। ਫਿਰ ਲੰਘਣ ਖੇਤਾਂ ਵਿੱਚ ਰਾਤਾਂ ਇਲੀਗਲ ਡਾਕਾ ਹੋ ਜੂਗਾ, ਅੱਜ ਸਿਖਰ ਦੁਪਹਿਰੇ ਘੁੰਮਦੇ ਯਾਰ ਕੋਈ ਵਾਕਾ ਹੋ ਜੂਗਾ, ਅੱਜ ਸਿਖਰ ਦੁਪਹਿਰੇ ਘੁੰਮਦੇ ਯਾਰ ਕੋਈ ਵਾਕਾ ਹੋ ਜੂਗਾ। ਚੱਕਾਂਗੇ ਇਹਨਾਂ ਖੂਨੀ ਸ਼ਕਲਾਂ ਨੂੰ, ਹੱਥ ਹਥੌੜੇ ਵਰਗੇ ਲੈਣਾ ਕੀ ਪਿਸਟਲ ਰਫਲਾਂ ਨੂੰ, ਗੱਲ ਜਾਂਦੀ ਦੀ ਸੀਤਾਂ ਚੱਕਾਂਗੇ ਇਹਨਾਂ ਖੂਨੀ ਸ਼ਕਲਾਂ ਨੂੰ। ਨਾਲ ਮੌਤ ਦੇ ਬੈਲੀਆਂ ਦਾ ਅੱਜ ਠਾਕਾ ਹੋ ਜੂਗਾ, ਅੱਜ ਸਿਖਰ ਦੁਪਹਿਰੇ ਘੁੰਮਦੇ ਯਾਰ ਕੋਈ ਵਾਕਾ ਹੋ ਜੂਗਾ, ਅੱਜ ਸਿਖਰ ਦੁਪਹਿਰੇ ਘੁੰਮਦੇ ਯਾਰ ਕੋਈ ਵਾਕਾ ਹੋ ਜੂ। ਸਾਲੇ ਅਸੀਂ ਪਹਿਲਾਂ ਠਾਰਦੇ ਨੇ, ਕਈ ਤਿੜਦੇ ਫਿਰਦੇ ਵੇਖ ਵੇਖ ਸਾਨੂੰ ਮੱਛਾ ਚਾੜਦੇ ਨੇ, ਜਾ ਤੇਰੇ ਵਰਗੇ ਸੱਤ ਸਾਲੇ ਅਸੀਂ ਪਹਿਲਾਂ ਠਾਰਦੇ ਨੇ। ਅੱਖਾਂ ਵਾਲੀ ਦੀਆਂ ਸੜਕਾਂ ਤੇ ਅੱਜ ਨਾਕਾ ਹੋ ਜੂਗਾ, ਅੱਜ ਸਿਖਰ ਦੁਪਹਿਰੇ ਘੁੰਮਦੇ ਯਾਰ ਕੋਈ ਵਾਕਾ ਹੋ ਜੂਗਾ, ਅੱਜ ਸਿਖਰ ਦੁਪਹਿਰੇ ਘੁੰਮਦੇ ਯਾਰ ਕੋਈ ਵਾਕਾ ਹੋ ਜੂਗਾ। ਸਾਡੀ ਦੁਨੀਆ 'ਚ ਗਦਾਰੀ ਦਾ ਮਤਲਬ ਅੱਜ ਸਿਖਰ ਦੁਪਹਿਰੇ ਘੁੰਮਦੇ ਯਾਰ ਕੋਈ ਵਾਕਾ ਹੋ ਜੂਗਾ, ਅੱਜ ਸਿਖਰ ਦੁਪਹਿਰੇ ਘੁੰਮਦੇ ਯਾਰ ਕੋਈ ਵਾਕਾ ਹੋ ਜੂਗਾ। ਕਿੱਥੇ ਚੱਲਿਆ? ਲਾਇਸੈਂਸ ਹੈਗਾ? ਆਰਸੀ ਕਾਪੀ ਨਹੀਂ ਹੈਗੀ? ਬੰਦੇ ਤੂੰ ਤਿੰਨ ਬਿਠਾ ਰੱਖੇ ਆ, ਚਲੋ ਚਲੋ।
ਹਾਂ ਵੀ ਲਾਇਸੈਂਸ ਹੈਗਾ ਕਾਪੀ, ਉੱਤੋਂ ਤੁਸੀਂ ਤਿੰਨ ਜਣੇ ਚੜ੍ਹੇ ਫਿਰਦੇ ਹੋ, ਤੁਸੀਂ ਬਣਾ ਕੇ ਰੱਖਿਆ? ਫੜੋ ਕਹਿੰਦਾ ਇੱਥੇ ਬੈਠੋ, ਫਿਰ ਉਹ ਡੰਡਾ ਇਹਨਾਂ ਦੇ ਹੋਏ। ਪੰਜਾਬ ਪੁਲਿਸ ਨੂੰ ਇਹਨਾਂ ਨੇ ਸਮਝ ਕੇ ਰੱਖਿਆ। ਹੈਲੋ, ਹਾਂਜੀ ਜਨਾਬ, ਕਿੱਥੇ ਜਨਾਬ? ਅਸੀਂ ਹੁਣੇ ਪਹੁੰਚ ਗਏ, ਹੁਣੇ ਪਹੁੰਚ ਗਏ। ਉਹ ਇਹਨਾਂ ਨੂੰ ਦਫਾ ਕਰੋ, ਉੱਥੇ ਤੁਹਾਡਾ ਕਿਸੇ ਨੇ ਫੁੱਫੜ ਮਾਰਤਾ, ਗੱਡੀ ਕੱਢੋ ਬਾਹਰ। ਸਰ, ਸ਼ੀਰਾ ਮਾਰਤਾ ਜੀ। ਸ਼ੀਰਾ ਮਾਰਿਆ ਗਿਆ? ਤੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡੀ ਆਪਣੀ ਮਨਜੋਤ ਕੌਰ ਅੱਜ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਈ ਹਾਂ। ਸ਼ੇਰਾ ਜੋ ਸ਼ਹਿਰ ਦਾ ਬਹੁਤ ਵੱਡਾ ਬਦਮਾਸ਼ ਹੈ, ਬੀਤੇ ਦਿਨੀ ਉਸਦਾ ਕਤਲ ਕਰ ਦਿੱਤਾ ਗਿਆ ਹੈ। ਸ਼ਹਿਰ ਵਿੱਚ ਕਤਲ ਤੋਂ ਬਾਅਦ ਪੂਰਾ ਮਾਹੌਲ ਗਰਮਾਇਆ ਹੋਇਆ ਹੈ। ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਮੁਕਾਏ ਵਾਲੀ। ਅੱਜ ਸ਼ੇਰਾ ਦੇ ਤਿੰਨ ਆਦਮੀਆਂ ਦਾ ਕਤਲ ਕਰ ਦਿੱਤਾ ਜਾ ਚੁੱਕਿਆ ਹੈ। ਇਸ ਸਭ ਤੋਂ ਬਾਅਦ ਪੂਰੇ ਸ਼ਹਿਰ ਦਾ ਮਾਹੌਲ ਖੌਫ ਨਾਲ ਭਰ ਚੁੱਕਾ ਹੈ। ਸਾਡੇ SHO ਸਾਹਿਬ ਵੀ ਪਹੁੰਚ ਚੁੱਕੇ ਨੇ, ਆਓ ਉਹਨਾਂ ਕੋਲ ਚੱਲਦੇ ਹਾਂ ਤੇ ਇਸ ਸਭ ਬਾਰੇ ਗੱਲਬਾਤ ਕਰਦੇ ਹਾਂ। ਸਰ, ਇਸ ਸਭ ਬਾਰੇ ਤੁਹਾਡਾ ਕੀ ਕਹਿਣਾ ਹੈ, ਕਿਸ ਦਾ ਹੱਥ ਹੋਵੇਗਾ? ਇਸ ਸਭ ਦੀ ਪੁਲਿਸ ਪ੍ਰਸ਼ਾਸਨ ਪੂਰੇ ਧਿਆਨ ਨਾਲ ਮਾਮਲਾ ਸੁਲਝਾਉਣ ਵਿੱਚ ਲੱਗਾ ਹੋਇਆ ਹੈ। ਜਿਵੇਂ ਹੀ ਕੁਝ ਨਵਾਂ ਨਿਕਲ ਕੇ ਸਾਹਮਣੇ ਆਉਂਦਾ ਹੈ, ਅਸੀਂ ਤੁਹਾਨੂੰ ਦੱਸਦੇ ਰਹਾਂਗੇ। ਸਰ, ਸ਼ਹਿਰ ਵਿੱਚ ਲਗਾਤਾਰ 4 ਕਤਲਾਂ ਤੋਂ ਬਾਅਦ ਪੂਰੇ ਸ਼ਹਿਰ ਦਾ ਮਾਹੌਲ ਖੌਫ ਨਾਲ ਭਰ ਚੁੱਕਾ ਹੈ। ਹੁਣ ਇਸ ਸਭ ਬਾਰੇ ਤੁਸੀਂ ਆਮ ਜਨਤਾ ਨੂੰ ਕੀ ਕਹਿਣਾ ਚਾਹੋਗੇ? ਮੇਰੀ ਲੋਕਾਂ ਨੂੰ ਇਹ ਅਪੀਲ ਹੈ ਕਿ ਘਬਰਾਉਣ ਦੀ ਕੋਈ ਲੋੜ ਨਹੀਂ। ਇਹ ਤਾਂ ਇੱਕ ਦਿਨ ਹੋਣਾ ਹੀ ਸੀ, ਉਹਨੇ ਤਾਂ ਮਰਨਾ ਹੀ ਸੀ, ਨਹੀਂ ਤਾਂ ਆਪਾਂ ਨੂੰ ਮਰਵਾਉਣਾ ਪੈਣਾ ਸੀ। ਆਪਣਾ ਕੰਮ ਕਿਸੇ ਨੇ ਕਰ। ਸਰ, ਮੈਨੂੰ ਲੱਗਦਾ ਬਾਜ ਦੇ ਕਤਲ ਦਾ ਬਦਲਾ ਲਿਆ ਗਿਆ ਸ਼ੇਰੇ ਨੂੰ ਮਾਰ ਕੇ। ਲਾ ਫੋਨ SHO। ਜੀ ਸਰ, ਲਓ ਜੀ। ਹਾਂ ਵੀ SHO, ਲੱਗਾ ਕੁਝ ਪਤਾ? ਸਰ, ਕਰ ਰਹੇ ਹਾਂ ਪਤਾ ਜੀ। MLA ਸਾਹਿਬ, ਬੇਬੇ ਰੋਟੀ ਬੜੀ ਸਵਾਦ ਸੀ, ਸਵਾਦ ਸਵਾਦ ਜੇ ਚੱਕਰ ਜਿਹਾ ਬਾਲੀਆਂ ਖਾ ਗਿਆ ਮੈਂ। ਲੈ, ਸਵਾਦ ਕਿਉਂ ਨਾ ਹੋਵੇ, ਇਹਨੇ ਮਾਸਟਰ ਸ਼ੈਫ ਤੇਜ਼ ਕੌਰ ਉਰਫ ਬੱਲੀ ਦੀ ਬੇਬੇ। ਅੱਛਾ ਯਾਰ, ਮੈਨੂੰ ਤਾਂ ਪਤਾ ਹੀ ਨਹੀਂ ਸੀ। ਵੇ ਪੁੱਤ, ਦੁੱਧ ਤਾਂ ਪੀ ਜੋ।
ਤੂੰ ਚੱਲ ਫਿਰ ਬਾਈ, ਮੈਂ ਦੁੱਧ ਲਿਆਵਾਂ। ਠੀਕ ਆ। ਕੀ ਸੋਚੀ ਆ ਨਾ ਬਾਈ? ਵਿਉਂਤ। ਕਿਹੜੀ ਵਿਉਂਤ? ਅਗਲਾ ਸ਼ਿਕਾਰ ਕਰਨ ਬਾਰੇ। ਓ ਬਾਈ, ਪਰ ਅਗਲਾ ਸ਼ਿਕਾਰ ਹੈ ਕੌਣ? ਉਹ ਤੇਰੀ SHO। ਓ ਬਾਈ, ਪਰ ਇਹਦਾ ਸ਼ਿਕਾਰ ਕਰਾਂਗੇ ਕਿਵੇਂ? ਜਿਵੇਂ ਇਹ ਕਰਦਾ ਦੂਜਿਆਂ ਦਾ। ਮੈਨੂੰ ਨਾ ਯਾਰ ਬਾਈ, ਤੇਰੀਆਂ ਗੱਲਾਂ ਜਮੀ ਨਹੀਂ ਸਮਝ ਲੱਗਦੀਆਂ, ਸਾਰੀਆਂ ਸਿਰ ਉੱਤੋਂ ਹੀ ਲੰਘੀ ਜਾਂਦੀਆਂ। ਬਸ ਫਿਰ ਬੱਲੀ, ਤੂੰ ਸੁਬਾਹ ਤਿਆਰ ਰਹੀ। ਸਿਰਹਾਣਾ ਲੈਣਾ ਬਾਈ? ਹਾਂ ਦੇ ਦੇ ਯਾਰ। ਲੈ। ਓ ਯਾਰ, ਮੈਂ ਤੇ ਤੋਂ ਆ ਸਿਰਹਾਣਾ ਨਹੀਂ ਮੰਗਿਆ, ਦੂਜਾ ਸਿਰਹਾਣਾ ਦੇ ਮੈਨੂੰ। ਸਾਡੇ ਤਾਂ ਫਿਰ ਇਸੇ ਨੂੰ ਸਿਰਹਾਣਾ ਕਹਿੰਦੇ ਨੇ ਬਾਈ। ਇੰਨੀ ਸਵੇਰੇ ਸਵੇਰੇ ਕਿਹਦਾ ਫੋਨ ਆ ਗਿਆ? ਹੈਲੋ, ਕੌਣ? ਕੌਣ ਖਾਸ? ਉਹ ਤੂੰ ਹੈ ਕੌਣ ਤੇ ਕੀ ਬਕਵਾਸ ਕਰੀ ਜਾਂਦਾ? ਯਕੀਨ ਕਰਨਾ ਨਾ ਕਰਨਾ ਇਹ ਤੁਹਾਡੀ ਜ਼ਿੰਮੇਵਾਰੀ ਹੈ। ਤੁਸੀਂ ਰਹਿਣ ਦਿਓ, ਚਾਬੀ ਦਿਓ। ਹੈਲੋ ਬਾਈ, ਆਪਣਾ ਧੀਰ ਨਾ ਜਮਾਂ ਟਿਕਾਣੇ 'ਤੇ ਲੱਗ ਗਿਆ, ਨਿਕਲ ਆਇਆ SHO ਬਾਹਰ ਅਤੇ ਨਹਿਰ ਵੱਲ ਨੂੰ ਜਾ ਰਿਹਾ। ਹਾਂ, ਆ ਜਾ ਛੇਤੀ।
ਉਹ ਕੀ ਹੋ ਗਿਆ ਇਹਨੂੰ? ਉਹ ਕੀ ਹੋ ਗਿਆ ਇਹਨੂੰ? ਕੀ ਹੋ ਗਿਆ ਇਹਨੂੰ? ਉਹ ਇਹਦੇ 'ਚ ਤੇਲ ਪਵਾਇਆ ਸੀ ਕਿ ਨਹੀਂ? ਪਵਾਇਆ ਸੀ ਯਾਰ ਬਾਈ। ਉਹ ਯਾਰ ਤੂੰ ਇਹਦੇ 'ਚ ਤੇਲ ਵੇਖ। ਓਏ ਯਾਰ ਓਏ 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 ਓ ਉਧਰ ਕੀ ਹਾਲ ਨੇ ਭਾਊ? ਕਿਆ ਬਾਤ ਹੈ? ਉਹ ਗੱਡੀ ਲੈ ਗਿਆ ਮੇਰੀ, ਉਹ ਗੱਡੀ ਲੈ ਗਿਆ। ਰੁਕੋ ਓ ਰੁਕੋ ਰੁਕੋ ਰੁਕੋ। ਓਏ ਹਾਂ ਬਈ ਐਸ ਐਚ ਓ, ਕਿੱਧਰ ਨੂੰ ਚੱਲਿਆ? ਕਿ ਸ਼ੇਰੇ ਨੂੰ ਮੇਰੇ ਨਾਲ ਚੱਲਿਆ? ਕੌਣ ਹੈ ਤੂੰ? ਸ਼ੇਰੇ ਨੂੰ ਕਿਵੇਂ ਜਾਣਦਾ? ਉਹ ਮੈਂ ਬਾਦ ਦਾ ਭਰਾ ਸੁੱਚਾ, ਮੈਂ ਤੈਨੂੰ ਵੀ ਜਾਣਦਾ ਤੇ ਤੇਰੇ ਪਿਓ ਐਮ ਐਲ ਏ ਨੂੰ ਵੀ। ਅੱਛਾ, ਤੇ ਤੂੰ ਹੈ ਜਿਹਨੇ ਸ਼ੇਰੇ ਨੂੰ ਮਾਰਿਆ ਸੀ? ਉਹ ਤੂੰ ਵੀ ਆ ਗਿਆ ਆਪਦੇ ਭਰਾ ਵਾਂਗੂ ਮਾਰਨ? ਓਏ ਬਾਈ ਨੂੰ ਤੂੰ ਮਾਰਿਆ ਸੀ? ਉਹ ਐਮ ਐਲ ਏ ਸਿਰ ਤੇ ਬਾਲਾ ਚੜਦਾ ਸੀ, ਉੱਤੋਂ ਉਹਦੀ ਧੀ ਨਾਲ ਇਸ਼ਕ ਲੜਾਉਂਦਾ ਫਿਰਦਾ ਸੀ। ਓਏ ਉਹ ਇਸ਼ਕ ਨਹੀਂ, ਉਹ ਇੱਕ ਦੂਜੇ ਨੂੰ ਸੱਚਾ ਪਿਆਰ ਕਰਦੇ ਸੀ। ਉਹ ਸੱਚੇ ਪਿਆਰ ਵਾਲਾ ਵੀ ਕੋਈ ਬਚਿਆ ਅੱਜ ਤੱਕ? ਐਮ ਐਲ ਏ ਸਾਹਿਬ ਨੇ ਕਿਹਾ ਸੀ ਕੰਡਾ ਕੱਢਣ ਨੂੰ, ਆਪਾਂ ਇਨਕਾਊਂਟਰ ਬਣਾ ਕੇ ਠੋਕਤਾ। ਉਹ ਜਦੋਂ ਜਦੋਂ ਹੱਥ ਵਿੱਚ ਹਥਿਆਰ ਹੋਵੇ ਨਾ, ਉਦੋਂ ਕੁੱਤਾ ਵੀ ਸ਼ੇਰ ਹੁੰਦਾ। ਮਾਰਤੀ ਚਵਲ, ਬਣ ਗਿਆ ਕੁੱਤਾ।
ਸੋਚਿਆ, ਮਾਫ ਕਰ ਦੇ, ਮਾਫ ਕਰ, ਸੋਚਿਆ ਉਹਨੇ ਐਮਐਲਏ ਸਾਹਿਬ ਨੇ ਪੈਸਿਆਂ ਦਾ ਲਾਲਚ। ਜਦੋਂ ਤੇਰੇ ਵਰਗੇ ਬੰਦੇ ਆਮ ਬੰਦੇ ਨੂੰ ਨਾ ਚਾਹੁੰਦੇ ਨਾ, ਫਿਰ ਬੰਦਾ ਅੱਕ ਕੇ ਵਾਕਿਆ ਕਰਦਾ। ਬਿਗ ਸੀਨ ਪਿਕਚਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਵਾਗਤ ਕਰਦੇ ਹਾਂ। ਪਿਛਲੇ 15 ਦਿਨਾਂ ਦੇ ਵਿੱਚ ਸਾਹਮਣੇ ਆਏ ਨੇ 5 ਕਤਲ। ਸਾਹਮਣੇ ਇਹ ਵੀ ਆ ਰਿਹਾ ਹੈ ਕਿ ਬਿਲਕੁਲ ਉਸੇ ਜਗ੍ਹਾ ਤੇ ਕੀਤਾ ਗਿਆ ਹੈ ਜਿੱਥੇ ਅੱਜ ਤੋਂ 7 ਮਹੀਨੇ ਪਹਿਲਾਂ ਬਾਜ਼ ਦਾ ਇਨਕਾਊਂਟਰ ਕੀਤਾ ਗਿਆ ਸੀ। ਸੂਤਰਾਂ ਅਨੁਸਾਰ ਸਾਨੂੰ ਇਹ ਪਤਾ ਲੱਗ ਰਿਹਾ ਹੈ ਕਿ ਇਹ ਸਭ ਕੁਝ ਐਮਐਲਏ ਸਾਹਿਬ ਦੇ ਕਹਿਣ ਤੇ ਹੋ ਰਿਹਾ ਹੈ। ਹੁਣ ਸਵਾਲ ਇਹ ਕੀ ਹੋ ਰਿਹਾ, ਪਹਿਲਾਂ ਸ਼ੇਰਾ ਤੇ ਹੁਣ SHO? ਪਤਾ ਕਰੋ ਇਸ ਦੇ ਪਿੱਛੇ ਕਿਸ ਦਾ ਹੱਥ ਹੈ। ਜੀ ਸਰ, ਕਰਦੇ ਹਾਂ ਪਤਾ ਜੀ।